ਜਿੰਨੇ ਸਟੂਡੈਂਟ ਦਾ ਅੱਜ ਐਗਜ਼ਾਮ ਹੋਇਆ ਜੀ 17 ਅਗਸਤ ਨੂੰ ਈਵਨਿੰਗ ਸਲੋਟ, ਤਾਂ ਸਭ ਤੋਂ ਪਹਿਲਾਂ ਕੰਗਰੈਚੁਲੇਸ਼ਨ ਉਹਨਾਂ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਡੇ ਕੋਲੋਂ ਵਟਸਐਪ ਦੇ ਉੱਤੇ ਮੈਸੇਜ ਕਰਕੇ ਪ੍ਰੈਡਿਕਸ਼ਨ ਪਲੱਸ PDF ਨੂੰ ਪਰਚੇਜ਼ ਕੀਤਾ ਸੀ, ਕਿਉਂਕਿ ਸੇਮ ਐਗਜ਼ਾਮ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ PDF ਵਿੱਚੋਂ। ਅਤੇ ਤੁਸੀਂ ਸਕਰੀਨ ਦੇ ਉੱਤੇ ਪਾਸਟ ਐਗਜ਼ਾਮ ਜੋ ਹੋਏ ਆ ਉਹਨਾਂ ਦੇ ਰਿਜ਼ਲਟ ਦੇਖ ਸਕਦੇ ਹੋ। 7 ਬੈਂਡ, 8 ਬੈਂਡ ਅਤੇ 9 ਬੈਂਡ ਸਕੋਰ ਆਪਾਂ ਨੂੰ ਦੇਖਣ ਨੂੰ ਮਿਲੇ ਆ ਲਿਸਨਿੰਗ ਦੇ ਵਿੱਚ, ਰੀਡਿੰਗ ਦੇ ਵਿੱਚ, ਰਾਈਟਿੰਗ ਦੇ ਵਿੱਚ ਅਤੇ ਸਪੀਕਿੰਗ ਦੇ ਵਿੱਚ। ਅੱਜ ਵਾਲਾ ਐਗਜ਼ਾਮ ਥੋੜ੍ਹਾ ਟ੍ਰਿਕੀ ਟਾਈਪ ਆਪਾਂ ਕਹਿ ਸਕਦੇ ਹਾਂ, ਕਿਉਂਕਿ ਰੀਡਿੰਗ ਥੋੜ੍ਹੀ ਟਫ ਦੇਖਣ ਨੂੰ ਮਿਲੀ ਆ, ਲਿਸਨਿੰਗ ਵੀ ਥੋੜ੍ਹੀ ਜਿਹੀ ਮੋਡਰੇਟ ਟਾਈਪ ਸੀ, ਪਰ ਰਾਈਟਿੰਗ ਟਾਸਕ 1 ਅਤੇ ਰਾਈਟਿੰਗ ਟਾਸਕ 2 ਓਨਲੀ ਈਜ਼ੀ ਸੀ, ਕਿਉਂਕਿ ਇਹ ਹਰ ਐਗਜ਼ਾਮ ਦੇ ਵਿੱਚ ਹੀ ਹੁੰਦਾ ਹੈ। ਬਹੁਤ ਸਾਰੇ ਬੱਚਿਆਂ ਦਾ ਇੱਕ ਕੁਐਸਚਨ ਹੁੰਦਾ ਹੈ, ਸਰ ਕਿਹੜਾ ਐਗਜ਼ਾਮ ਭਰੀਏ ਜੋ ਸਾਨੂੰ ਈਜ਼ੀ ਦੇਖਣ ਨੂੰ ਮਿਲੇ। ਚਾਹੇ ਤੁਸੀਂ ਕੋਈ ਵੀ ਐਗਜ਼ਾਮ ਭਰ ਲਓ, ਮਹੀਨੇ ਦੇ ਵਿੱਚ 4 ਤੋਂ 5 ਐਗਜ਼ਾਮ ਹੁੰਦੇ ਆ, ਉਸ ਐਗਜ਼ਾਮ ਦੇ ਵਿੱਚ ਤੁਹਾਨੂੰ 1 ਮੋਡਿਊਲ ਈਜ਼ੀ ਆਊਗਾ, 2 ਮੋਡਿਊਲ ਤੁਹਾਨੂੰ ਟਫ ਹੀ ਆਉਣਗੇ। ਮਤਲਬ ਘਰੇ ਤੁਹਾਨੂੰ ਲਿਸਨਿੰਗ ਈਜ਼ੀ ਆ ਸਕਦੀ ਆ, ਰੀਡਿੰਗ ਅਤੇ ਰਾਈਟਿੰਗ ਟਫ ਆ ਸਕਦੀ ਹੈ, ਜਾਂ ਫਿਰ ਤੁਹਾਨੂੰ ਰਾਈਟਿੰਗ ਈਜ਼ੀ ਆ ਸਕਦੀ ਹੈ, ਲਿਸਨਿੰਗ ਅਤੇ ਰੀਡਿੰਗ ਟਫ ਆ ਸਕਦੀ ਹੈ। ਅਤੇ ਇਹ ਇੱਕ ਦਸਤੂਰ ਆ ਜੋ ਸੱਚ ਆ। ਊਂ ਭਾਵੇਂ ਲੋਕ ਜੋ ਮਰਜ਼ੀ ਕਹੀ ਜਾਣ ਕਿ ਈਜ਼ੀ ਹੁੰਦਾ ਜੀ, ਸੌਖਾ ਹੁੰਦਾ ਹੈ, ਐਵੇਂ ਦਾ ਕੁਝ ਨਹੀਂ ਹੁੰਦਾ, ਪਰ ਜੋ ਸੱਚ ਆ ਤੁਹਾਨੂੰ ਦੱਸਦਾ, ਅੱਗੇ ਵਿਸ਼ਵਾਸ ਕਰਨਾ ਇਸ ਚੀਜ਼ ਦੇ ਉੱਤੇ, ਵਿਸ਼ਵਾਸ ਨਹੀਂ ਕਰਨਾ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ, ਕਿਉਂਕਿ ਅਸੀਂ ਰਿਐਲਿਟੀ ਦੇ ਉੱਤੇ ਕੰਮ ਕਰਦੇ ਹਾਂ, ਜਿਸ ਦੀ ਵਜ੍ਹਾ ਨਾਲ ਸਾਡੇ ਸਟੂਡੈਂਟਸ ਦਾ, ਸਾਡੇ ਬੱਚਿਆਂ ਦਾ ਰਿਜ਼ਲਟ ਬਹੁਤ ਵਧੀਆ ਆਉਂਦਾ। ਜੇਕਰ ਤੁਹਾਨੂੰ ਵੀ ਪ੍ਰੈਡਿਕਸ਼ਨ PDF ਚਾਹੀਦੀ ਆ, ਵੀਡੀਓ ਨੂੰ ਬੈਕ ਕਰਕੇ ਤੁਸੀਂ ਸਾਡਾ ਵਟਸਐਪ ਨੰਬਰ ਚੈੱਕਆਊਟ ਕਰ ਸਕਦੇ ਹੋ। ਵਟਸਐਪ ਦੇ ਉੱਤੇ ਮੈਸੇਜ ਕਰਕੇ ਤੁਸੀਂ ਪ੍ਰੈਡਿਕਸ਼ਨ ਪਲੱਸ PDF ਨੂੰ ਬਾਏ ਕਰ ਸਕਦੇ ਹੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।